ਪੂਰੇ ਜੱਗ ਵਿੱਚ ਵਸਦੇ ਹੋਏ ਪੰਜਾਬੀ ਪਿਆਰਿਓ ਅਸੀਂ ਤੁਹਾਡੇ ਨਾਲ ਹਾਸ਼ਮ ਸ਼ਾ ਜੀਵਨ ਤੇ ਰਚਨਾ ਇੱਕ ਨਵਾਂ ਸਿਲਸਿਲਾ ਲੈ ਕੇ ਸૈયਦ ਹਾਸ਼ਮ ਸ਼ਾ ਕਲਾਸਿਕ ਦੇ ਬਹੁਤ بڑے ਸ਼ਾਇਰ ਨੇ ਜਿਨ੍ਹਾਂ ਦਾ ਮਜ਼ਾਰ ਹੈ ਨਾਰੋਵਾਲ ਜ਼ਿਲ੍ਹੇ ਦੇ ਵਿੱਚ ਰਹੀਏ ਦੇ ਲਾਗੇ ਥਰਪਾਲ ਹਾਸ਼ਮ ਸ਼ਾ ਵਿੱਚ ਤੇ ਇਹਨਾਂ ਦੇ ਬਾਰੇ ਵਿੱਚ ਇਹਨਾਂ ਦੇ ਕਲਾਮ ਦੇ ਬਾਰੇ ਵਿੱਚ ਇਹਨਾਂ ਦੀ ਜੀਵਨੀ ਦੇ ਬਾਰੇ ਵਿੱਚ ਤੁਹਾਡੇ ਨਾਲ ਇਹ ਸਿਲਸਿਲਾ ਨਵਾਂ ਸ਼ੁਰੂ ਕਰ ਰਹੇ ਹਾਂ ਔਰ ਜਿਸ ਤਰ੍ਹਾਂ ਤੁਹਾਡੇ ਨਾਲ ਕਰਦੇ ਰਹੇ ਅਸੀਂ ਵਾਰਿਸ ਸ਼ਾਹ ਜੀਵਨ ਤੇ ਰਚਨਾ ਕਾਫੀ ਵੀਡੀਓ ਹੋ ਗਈਆਂ ਤੋਂ ਇਹ ਨਵਾਂ ਸਿਲਸਿਲਾ ਤੁਹਾਡੇ ਨਾਲ ਅੱਜ ਤੋਂ ਸਾਂਝਾ ਕਰ ਰਹੇ ਹਾਂ ਇਹਦੇ ਵਿੱਚ ਉਹਨਾਂ ਦੇ ਜੀਵਨ ਦੇ ਬਾਰੇ ਵਿੱਚ ਅਸੀਂ ਤੁਹਾਡੇ ਨਾਲ ਪਹਿਲਾਂ ਗੱਲ ਕਰਨੇ ਆ ਕਿ ਹਰਨਾਮ ਸਿੰਘ ਸ਼ਾਨ ਆਪਣੀ ਕਿਤਾਬ ਹਾਸ਼ਮ ਸ਼ਾਹ ਜੀਵਨ ਤੇ ਰਚਨਾ ਵਿੱਚ ਦੱਸਦੇ ਨੇ ਕਿ ਹਾਸ਼ਮ ਸ਼ਾਹ ਅਰਬ ਦੇ ਕੁਰੈਸ਼ ਖਾਨਦਾਨ ਨਾਲ ਤਲਕ ਰੱਖਦੇ ਸਨ ਅਤੇ ਸੈਜਦਾਂ ਦੇ ਹਸਨੀ శాఖ ਦੇ ਜਨ ਕਿਰਾਗ ਸਨ ਇਸ ਗੱਲ ਦਾ ਪੱਕਾ ਪੀੜਾ ਸਬੂਤ ਇਹ ਹੈ ਵੀ ਸੈਇਦ ਹਾਸ਼ਮ ਸ਼ਾਹ ਹੋਰਾਂ ਦੀ ਸਾਰੀ ਆਲ ਔਲਾਦ ਸੈਇਦ ਸਦਾਂਦੀ ਏ ਇਸ ਲਈ ਪੰਜਾਬੀ ਦੇ ਅਦਬ ਦੇ ਇੱਕ ਖੋਜਕਾਰਾਂ ਦਾ ਸੈਇਦ ਹਾਸ਼ਮ ਸ਼ਾਹ ਹੋਰਾਂ ਨੂੰ ਤਰਖਾਨ ਜ਼ਾਤ ਦੱਸਣਾ ਠੀਕ ਨਹੀਂ ਇਹ ਕਾਰਨ ਤਾਂ ਹੋ ਸਕਦਾ ਹੈ ਵੀ ਇਹਨਾਂ ਦੇ ਵੜਕਿਆਂ ਵਿੱਚੋਂ ਕਿਸੇ ਨੇ ਕਦੀ ਰੋਜ਼ੀ ਰੋਟੀ ਕਮਾਣ ਲਈ ਤਰਖਾਨਾ ਕੰਮ ਕੀਤਾ ਹੋਵੇ ਪਰ ਇਸ ਦਾ ਕਦੀ ਕੋਈ ਪੱਕਾ ਸਬੂਤ ਅਜੇ ਤੱਕ ਕਿਸੇ ਨਹੀਂ ਦਿੱਤਾ ਸਗੋਂ ਇਹ ਸਬੂਤ ਮਿਲਦਾ ਹੈ ਕਿ ਇਹਨਾਂ ਦੇ ਵੜਕੇ ਵੀ ਹਕਮਤ ਕਰਦੇ ਸਨ ਤੇ ਸੈयद ਖਾਨਦਾਨ ਦੇ ਐਡੇ ਨਾਮੀ ਬੰਦੇ ਨੂੰ ਦਿਲੋਂ ਜੋੜ ਕੇ ਤਰਖਾਨ ਬਣਾ ਲੈਣਾ ਤੇ ਮੋੜ ਵੇਖੋ ਵੇਖੀ ਬਿਨਾਂ ਸਬੂਤ ਦੇ ਇੰਜ ਆਖੀ ਜਾਣਾ ਪੀਡੀ ਖੋਜ ਨੂੰ ਮਖੌਲ ਕਰਨ ਵਾਲੀ ਗੱਲ ਹੈ ਸੈयद ਮੁਹੰਮਦਾ ਸ਼ਮਸ਼ਾ ਉਹਨਾਂ ਦੇ ਵਾਲਦ ਸਾਹਿਬ ਦਾ ਨਾਮ ਹਾਜੀ ਮੁਹੰਮਦ ਸ਼ਰੀਫ ਸੀ ਇਥੇ ਵੀ ਅਫਸੋਸ ਨਾਲ ਆਖਣਾ ਪੈਂਦਾ ਹੈ ਕਿ ਸਾਡੇ ਕਈਆਂ ਖੋਜਕਾਰਾਂ ਨੇ ਸੈਇਦ ਮੁਹੰਮਦ ਹਾਸ਼ਮ ਸ਼ਾਹ ਹੋਰਾਂ ਦੇ ਵਾਲਿਦ ਜੀ ਹੋਰਾਂ ਦਾ ਨਾਮ ਕਾਸਮ ਸ਼ਾਹ ਦੱਸਿਆ ਜੋ ਕਿ ਅਸਲੋਂ ਗਲਤ ਹੈ ਤਰੁਹੀਂ ਗਲਤ ਹੈ ਇਹ ਤਾਂ ਸੈਇਦ ਹਾਸ਼ਮ ਸ਼ਾਹ ਦੇ ਨਿੱਕੇ ਭਰਾ ਦਾ ਨਾਮ ਸੀ ਅਤੇ ਕਾਸਮ ਸ਼ਾਹ ਨਿੱਕੀ ਉਮਰ ਹੀ ਅੱਲਾ ਨੂੰ ਪਿਆਰੇ ਹੋ ਗਏ ਸਨ ਇੰਜੀ ਪ੍ਰੋਫੈਸਰ ਐਸ ਐਸ ਅਮੋਲ ਹੋਰਾਂ ਸੈਇਦ ਮੁਹੰਮਦ ਹਾਸ਼ਮ ਸ਼ਾਹ ਹੋਰਾਂ ਦੇ ਵਾਲਿਦ ਜੀ ਦਾ ਨਾਮ ਮੁਹੰਮਦ ਸ਼ਾਹ ਲਿਖ ਦਿੱਤਾ ਹੈ ਜਿਹੜਾ ਕਿ ਬੜੀ ਹੈਰਾਨ ਕਰਨ ਵਾਲੀ ਗੱਲ ਏ ਅਤੇ ਇਹ ਵੀ ਅਸਲੋਂ ਠੀਕ ਨਹੀਂ محمد شاہ ਤਾਂ سید محمد هاشਮ شاہ ਹੋਰਾਂ ਦੇ ਪੁੱਤਰ ਦਾ ਨਾਂ ਸੀ ਅਤੇ হাজী محمد شریف ਹੋਰਾਂ ਦੇ ਪੋਤਰੇ ਦਾ ਨਾਂ ਸੀ ਤੇ محمد شاہ ਹੋਰਾਂ ਆਪਣੇ ਖਾਨਦਾਨ ਦੀਆਂ ਸਾਰੀਆਂ ਯਾਦਦਾਸ਼ਤਾਂ ਜਿਹੜੀਆਂ ਸਨ ਯਾਦਾਂ ਸਨ ਉਹਨਾਂ ਨੂੰ ਸਾਂਭਣ ਵੇਲੇ ਆਪਣੀ ਹੱਥੀ ਆਪਣਾ ਨਾਮ محمد شاہ ਬਲਦ محمد هاشਮ ਉਹਨਾਂ ਜਿਹੜੀ ਯਾਦਾਂ ਛੱਡੀ ਪਿੱਛੇ ਉਹਦੇ ਵਿੱਚ ਲਿਖਿਆ ਹੋਇਆ ਹੈ ਸੈਦ محمد هاشਮ ਸ਼ਾ ਉਹਨਾਂ ਦੇ ਵਾਲਿਦ ਹਾਜੀ محمد شریف 1643 ਈਸਵੀ ਨੂੰ ਮਦੀਨਾ ਪਾਕ ਚ ਪੈਦਾ ਹੋਏ ਸਨ ਉਹ حضرت ਬਖਤ ਜਮਾਲ ਨੁਸ਼ਾਈ ਕਾਦਰੀ ਦੇ ਮਰੀਦ ਸਨ ਅਤੇ ਇਸੇ ਪਰੋਂ ਉਹ ਨੁਸ਼ਾਈਆ ਫਕੀਰ ਸਿਦਾਂਦੇ ਸਨ ਹਾਜੀ محمد شریف ਹੋਰਾਂ ਕਈ ਵਾਰੀ ਹੱਜ ਕੀਤੇ ਅਤੇ ਉਹਨਾਂ ਨੂੰ ਹਾਜੀ ਸਾਹਿਬ ਆਖ ਕੇ ਸੱਦਿਆ ਜਾਂਦਾ ਸੀ ਉਹ ਇਸਲਾਮ ਦੇ ਪ੍ਰਚਾਰ ਲਈ ਹਿੰਦੁਸਤਾਨ ਵਿੱਚ ਆਨ ਵਸੇ ਅਤੇ ਆਪਣੀ ਮੁਰਸ਼ਿਦ ਦੀ ਆਖੀ ਮੰਨ ਕੇ ਉਹਨਾਂ ਜਗਦੇਵ ਕਲਾ ਤਹਿਸੀਲ ਅਜਨਾਲਾ ਜ਼ਿਲ੍ਹਾ ਪੰਜਾਬ ਵਿੱਚ ਪੱਕਾ ਡੇਰਾ ਲਾ ਲਿਆ ਜਗਦੇਵ ਕਲਾ ਵਿੱਚ ਉਹ ਪੀਰੀ ਮਰੀਦੀ ਤੋਂ ਅੱਡ ਲੋਕਾਂ ਦੀ ਸੇਵਾ ਲਈ ਹਕੀਮਗਰੀ ਕਰਦੇ ਸਨ ਦੇਸੀ ਹਕੀਮ ਵੀ ਸਨ ਬੜੇ ਅਜਲ ਪਾਏ ਦੇ ਹਕੀਮ ਸਨ ਇਸ ਲਈ ਉਹਨਾਂ ਬਾਰੇ ਇਹ ਆਖਣਾ ਕਿ ਉਹ ਤਰਖਾਨਾ ਕੰਮ ਕਰਦੇ ਸਨ ਇਹ ਸਰਾਸਰ ਗਲਤ ਹੈ ਅਤੇ ਮਹੌਲ ਕਰਨ ਵਾਲੀ ਗੱਲ ਹੈ ਹਾਜੀ ਮੁਹੰਮਦ ਸ਼ਰੀਫ ਉਰੀ ਸੈयद ਮੁਹੰਮਦ ਹਾਸ਼ਮ ਸ਼ਾਹ ਹੋਰਾਂ ਦੇ ਨੇਰੇ ਵਾਲਦ ਹੀ ਨਹੀਂ ਸਨ ਸਗੋਂ ਉਹ ਸੈयद ਮੁਹੰਮਦ ਹਾਸ਼ਮ ਸ਼ਾਹ ਹੋਰਾਂ ਦੇ ਉਸਤਾਦ ਵੀ ਸਨ ਤੇ ਮੁਰਸ਼ਿਦ ਵੀ ਸਨ ਸੈयद ਮੁਹੰਮਦ ਹਾਸ਼ਮ ਸ਼ਾਹ ਹੋਰਾਂ ਨੂੰ ਆਪਣੇ ਪਿਤਾ ਜੀ ਯਾਨੀ ਪਿਓ ਵਾਲਦ ਸਾਹਿਬ ਦੀ ਫਕੀਰੀ ਖਾਨ ਉੱਤੇ ਬੜਾ ਮਾਣ ਮਾਨ ਸੀ ਅਤੇ ਸੈयद ਮੁਹੰਮਦ ਹਾਸ਼ਮ ਸ਼ਾਹ ਹੋਰਾਂ ਆਪਣੇ ਵਾਲਦ ਜੀ ਹੋਰਾਂ ਦੀ شان ਵਿੱਚ ਬੜੀ ਯਕੀਨਤ ਅਤੇ ਸ਼ਰਦਾ ਦੇ ਨਾਲ ਇੱਕ ਫਾਰਸੀ ਨਜ਼ਮ ਅਤੇ ਇੱਕ ਕਸੀਦਾ ਵੀ ਲਿਖਿਆ ਸੀ ਸੈਦ ਮੁਹੰਮਦ ਹਾਸ਼ਮ ਸ਼ਾ ਉਹਨਾਂ ਦੀ والدہ ਹੋਰਾਂ ਨੂੰ ਹਾਜਨ ਮਾਈ ਜਾਂ ਮਾਈ ਹਾਜਨ ਦੀ ਕਰਕੇ ਸੱਦਿਆ ਜਾਂਦਾ ਸੀ ਅਤੇ ਹਾਜਨ ਮਾਈ ਹੋਰਾਂ ਦੇ ਤਿੰਨ ਪੁੱਤਰ ਹਾਸ਼ਮ ਸ਼ਾ ਰਹਿਮਤੁਲਾ ਸ਼ਾ ਤੇ ਕਾਸਮ ਸ਼ਾ ਜੀ ਹੋਏ ਸੈਦ ਮੁਹੰਮਦ ਹਾਸ਼ਮ ਸ਼ਾ ਹੋਰਾਂ ਦੇ ਸੁਪੁੱਤਰ ਸੈਦ ਮੁਹੰਮਦ ਸ਼ਾ ਹੋਰਾਂ ਦੇ ਹੱਥੀ ਲਿਖੀ ਗਈ ਖਾਨਦਾਨੀ ਯਾਦਦਾਸ਼ਤ ਮੁਤਾਬਕ ਸੈਦ ਮੁਹੰਮਦ ਹਾਸ਼ਮ ਸ਼ਾ 22 ਰਜਬ 1138 ਹਿਜਰੀ ਮੁਤਾਬਕ 27 ਨਵੰਬਰ 1735 ਨੂੰ ਮਦੀਨਾ ਪਾਕ ਵਿੱਚ ਪੈਦਾ ਹੋਏ ਆਪਣੇ ਮਕਾਲਾ ਜਿਹੜਾ ਪੀ ਐਚ ਡੀ ਦਾ ਮਕਾਲਾ ਸੀ ਸੱਸੀ ਹਾਸ਼ਮ ਉਹਦੇ ਵਿੱਚ ਡਾਕਟਰ ਹਰਨਾਮ ਸਿੰਘ ਖਾਨ ਲਿਖਦੇ ਨੇ ਕਿ ਉਹਨਾਂ ਨੂੰ ਸੈਦ ਹਾਸ਼ਮ ਸ਼ਾ ਹੋਰਾਂ ਦੀ ਜਨਮ ਤਾਰੀਖ ਜਿਹੜੀ ਹੈ ਉਹ 1955 ਵਿੱਚ ਪਤਾ ਲੱਗੀ ਤੇ ਉਹਨਾਂ ਸੈयद ਮੁਹੰਮਦ ਹਾਸ਼ਮ ਸ਼ਾਹ ਜੀ ਹੋਰਾਂ ਦੇ ਵਾਰਸਾਂ ਸੈयद ਗੁਲਾਮ ਕਾਦਰ ਸ਼ਾਹ, ਸੈयद ਗੁਲਾਮ ਨਬੀ ਸ਼ਾਹ ਤੇ ਸੈयद ਅਜ਼ਿਆਉਲ ਹਕ ਸ਼ਾਹ ਕੋਲੋਂ ਇਸ ਜਨਮ ਤਾਰੀਖ ਦੀ ਤਸਦੀਕ ਕਰਾ ਕੇ ਪਹਿਲੀ ਵਾਰੀ 1956 ਵਿੱਚ ਆਪਣੇ ਪੀ ਐਚ ਡੀ ਮਕਾਲਾ ਸਸੀ ਹਾਸ਼ਮ ਦੇ ਪਹਿਲੇ ਐਡੀਸ਼ਨ ਵਿੱਚ ਉਹਨੂੰ ਛਪਵਾਇਆ ਸੀ ਮਗਰੋਂ 1959 ਵਿੱਚ ਕੋਜ਼ ਖਪਤ ਦਾ ਤਸਵੀਰੀ ਉਤਾਰਾ ਲਾ ਕੇ ਸਸੀ ਹਾਸ਼ਮ ਦੇ ਜਿਹੜਾ ਦੂਜਾ ਐਡੀਸ਼ਨ ਸੀ ਉਹਦੇ ਵਿੱਚ ਉਹਨੂੰ ਐਨ ਬੈਂਨ ਛਾਪ ਦਿੱਤਾ ਗਿਆ ਸੀ ਪਰ ਫੇਰ ਵੀ ਪੰਜਾਬੀ ਦੇ ਕਈਆਂ ਵਿਦਵਾਨਾਂ ਲਿਖਾਰੀਆਂ ਅਤੇ ਇਤਿਹਾਸਕਾਰਾਂ ਹਾਸ਼ਮ ਖਾਹ ਜੀ ਦੇ ਜਨਮ ਨੂੰ ਵੱਖ-ਵੱਖ ਤਰੀਕਾਂ ਯਾਨੀ 1747 1751 1752 1753 1755 1780 ਅਤੇ 1800 ਈਸਵੀ ਨਾਲ ਜੋੜ ਦਿੱਤਾ ਹੈ ਜਿਹੜਾ ਕਿ ਬਿਲਕੁਲ ਸਬੂਤ ਤੋਂ ਬਗੈਰ ਹੋਰ ਗਲਤ ਹੈ ਅਤੇ ਕਈ ਤਾਂ ਹੁਣ ਤੀਕਰ ਵੀ ਇਹੋ ਹੀ ਕੰਮ ਕਰੀ ਜਾਂਦੇ ਨੇ ਜਿੱਦੇ ਪਰੋਂ ਉਹਨਾਂ ਇੱਕੋ ਬੰਦੇ ਸੈਦ ਹਾਸ਼ਮ ਸ਼ਾਹ ਦੀਆਂ ਵੱਖ-ਵੱਖ ਜਨਮ ਤਰੀਖਾਂ ਦੱਸ ਕੇ ਇੱਕ ਨਵਾਂ ਝਮੇਲਾ ਤੇ ਰਾਮਰਾਉਲਾ ਪਾ ਦਿੱਤਾ ਹੈ ਸ਼ਬਾਗ ਯਾਨੀ ਜਿਹਦਾ ਤਰਜਮਾ ਅੰਗਰੇਜ਼ੀ ਚ ਲੈਂਗੁਏਜ ਡਿਪਾਰਟਮੈਂਟ ਬਣਦਾ ਹੈ ਪੰਜਾਬ ਨੇ ਇਸ ਟੱਪਲੇ ਤੇ ਝਮੇਲੇ ਨੂੰ ਨਿਪਟਾਉਂਦਿਆਂ ਹੋਇਆਂ ਪੰਜਾਬੀ ਸਾਹਿਤ ਦਾ ਇਤਿਹਾਸ ਪਹਿਲਾ ਹਿੱਸਾ 1971 ਵਿੱਚ ਇਹ ਸਿੱਧਾ-ਸਿੱਧਾ ਲਿਖ ਦਿੱਤਾ ਸੀ ਭਈ ਹੁੰ ਟਿੱਕਰ ਪੰਜਾਬੀ ਦੇ ਬਹੁਤੇ ਵਿਦਵਾਨ ਹਾਸ਼ਮ ਦਾ ਜਨਮ 1753 ਵਿੱਚ ਹੋਇਆ ਦੱਸਦੇ ਨੇ ਪਰ ਪ੍ਰੋਫੈਸਰ ਹਰਨਾਮ ਸਿੰਘ ਖਾਨ ਨੇ ਆਪਣੀ ਪੁਸਤਕ ਸਸੀ ਹਾਸ਼ਮ ਵਿੱਚ ਭਰੋਸੇਯੋਗ ਗਵਾਹੀ ਦੇ ਕੇ ਸਿੱਧ ਕਰ ਦਿੱਤਾ ਹੈ ਕਿ ਹਾਸ਼ਮਦਦ ਜਨਮ ਜਿਹੜਾ 1735 ਵਿੱਚ ਹੋਇਆ ਸੀ। ਯਾਨੀ 1753 'ਚ ਨਹੀਂ ਬਲਕਿ 1735 ਈਸਵੀ 'ਚ ਹੋਇਆ ਸੀ। ਸਰਦਾਰ ਪਿਆਰਾ ਸਿੰਘ ਪੱਦਮ ਨੇ ਵੀ ਆਪਣੇ ਇੰਜ ਦੇ ਸੰਗੀਆਂ ਸਾਥੀਆਂ ਨਾਲ ਗੱਲ ਕਰਦੇ ਆ ਆਖਿਆ ਸੀ ਕਿ ਪ੍ਰੋਫੈਸਰ ਖਾਨ ਦੀ ਲੱਭੀ ਦੱਸੀ ਹੋਈ ਇਹ ਜਨਮ ਤਾਰੀਖ ਯਾਨੀ 1735 ਮੰਨ ਲੈਣੀ ਚਾਹੀਦੀ ਹੈ। ਹਰਨਾਮ ਸਿੰਘ ਚਾਨੋੜੀ ਦਾਸ ਦੇ ਨੇ ਬੇ ਉੱਤੇ ਦੱਸੇ ਗਏ ਵਾਰਸਾਂ ਦੇ ਲਿਖਤੀ ਬਿਆਨਾਂ ਮੁਤਾਬਕ ਸੈਦ ਮੁਹੰਮਦ ਹਾਸ਼ਮ ਸ਼ਾਹ ਜਦੋਂ 4 ਕੁ ਸਾਲ ਦੇ ਸਨ ਤਾਂ ਉਹਨਾਂ ਦੇ ਮਾਪੇ ਮਦੀਨਾ ਸ਼ਰੀਫ ਤੋਂ ਜਗਦਈ ਆਣ ਕੇ ਵਸ ਗਏ ਅਤੇ ਆਪਣਾ ਰਹਿਣਾ ਜੀਵਨ ਉਹਨਾਂ ਉੱਥੇ ਹੀ ਗੁਜ਼ਾਰ ਕੇ ਰਹਿੰਦਾ ਜੀਵਨ ਜਿਹੜਾ ਸੀ ਬਕਾਇਆ ਸਾਰਾ ਜੀਵਨ ਜ਼ਿੰਦਗੀ ਸਾਰੀ ਉਹਨਾਂ ਉੱਥੇ ਹੀ ਗੁਜ਼ਾਰ ਕੇ ਤੇ ਉਸੇ ਪਿੰਡ ਵਿੱਚ ਹੀ ਅੱਲਾ ਨੂੰ ਪਿਆਰੇ ਹੋ ਗਏ ਸੈਦ ਮੁਹੰਮਦ ਹਾਸ਼ਮ ਸ਼ਾਹ ਉਹਨਾਂ ਦਾ ਬਚਪਨਾ ਤੇ ਚੜ੍ਹਦੀ ਜਵਾਨੀ ਇਸੇ ਪਿੰਡ ਵਿੱਚ ਹੀ ਗੁਜ਼ਰ ਗਏ ਅਤੇ ਉਹਨਾਂ ਆਪਣਾ ਪੱਕਾ ਆਵਾਜ਼ ਪੰਜਾਬ ਦਾ ਪਿੰਡ ਜਗਦੇਵ ਕਲਾਂ ਹੀ ਰੱਖਿਆ ਜੋ ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦਾ ਸਭ ਤੋਂ ਵੱਡਾ ਪਿੰਡ ਹੈ। ਸੈਦ ਮੁਹੰਮਦ ਹਾਸ਼ਮ ਸ਼ਾਹ ਉਹਨਾਂ ਦੀ ਰਹਿਣ ਥਾਂ ਕਰਕੇ ਉਸ ਪਿੰਡ ਨੂੰ ਜਗਦੇਵ ਹਾਸ਼ਮ ਸ਼ਾਹ ਕਰਕੇ ਵੀ ਆਖਿਆ ਜਾਂਦਾ ਹੈ। ਉਂਝ ਸਰਕਾਰੀ ਕਾਗਜ਼ਾਂ ਵਿੱਚ ਉਸ ਪਿੰਡ ਦਾ ਨਾਂ ਜਗਦੇਵ ਕਲਾਂ ਹੀ ਦਰਜ ਹੈ। ਇਸ ਪਿੰਡ ਨੇ ਸੈਦ ਹਾਸ਼ਮ ਸ਼ਾਹ ਦੀਆਂ ਯਾਦਾਂ ਅਤੇ ਯਾਦਗਾਰਾਂ ਨੂੰ ਅਜੇ ਤੀਕਰ ਬੜੇ ਮਾਣ ਸਨਮਾਨ ਤੇ ਹਮੇ ਨਾਲ ਸੰਭਾਲ ਕੇ ਰੱਖਿਆ ਹੋਇਆ ਹੈ ਇਸ ਪਿੰਡ ਦੀ ਪੱਤੀ ਹਿੰਦਕੋ ਵਿੱਚ ਤਿੰਨ ਕੁ ਕਨਾਲਾਂ ਦੀ ਇੱਕ ਹਵੇਲੀ ਹੈ ਜਿਸ ਨੂੰ ਤਕੀਆ ਹਾਸ਼ਮ ਸ਼ਾਹ ਆਖਦੇ ਨੇ ਇਸ ਤੋਂ ਥੋੜੀ ਕੁ ਬਾਟ ਉੱਤੇ ਇੱਕ ਟਿੰਡਾ ਵਾਲਾ ਖੂਹ ਏ ਜਿਸ ਦਾ ਨਾਮ ਫਕੀਰਾਂ ਵਾਲਾ ਖੂਹ ਕਰਕੇ ਵਜਦਾ ਹੈ ਇੱਥੇ ਹਰ ਸਾਲ 21 ਜੇਠ ਨੂੰ ਉਰਸ ਲੱਗਦਾ ਜਿਸ ਨੂੰ ਸ਼ਾਹਾਂ ਦਾ ਮੇਲਾ ਆਖਦੇ ਨੇ ਉਰਲ سید 하ਸ਼ਮ ਸ਼ਾਹ ਹੋਰਾ ਆਪਣੀ ਜ਼ਿੰਦਗੀ ਵਿੱਚ ਆਪਣੇ ਵਾਲਦ ਸਾਹਿਬ ਦੀ ਯਾਦ ਵਿੱਚ ਮਨਾਣਾ ਸ਼ੁਰੂ ਕਰ ਦਿੱਤਾ ਸੀ سید 하ਸ਼ਮ ਸ਼ਾਹ ਹੋਰਾਂ ਦੀ ਪੜ੍ਹਾਈ ਲਿਖਾਈ ਉਹਨਾਂ ਦੇ ਕਰਨੀ ਵਾਲੇ ਬਾਪ ਨੇ ਆਪਣੀ ਹੱਥੀਂ 하ਸ਼ਮ ਸ਼ਾਹ ਦੇ ਬਚਪਨ ਵਿੱਚ ਸ਼ੋਹ ਦਿੱਤੀ ਸੀ ਅਤੇ ਉਹ ਇੰਜ سید ਮੁਹੰਮਦ 하ਸ਼ਮ ਸ਼ਾਹ ਹੋਰਾਂ ਆਪਣੇ ਕਰੋਂ ਹੀ ਆਪਣੇ ਵਾਲਦ ਹੋਰਾਂ ਕੋਲੋਂ ਫਾਰਸੀ ਅਰਬੀ ਹਕਮਤ ਸੰਸਕ੍ਰਿਤ ਅਤੇ ਪੰਜਾਬੀ ਦੀ ਸਿੱਖਿਆ ਲੈ ਲਈ ਸੀ ਮੀਰ ਕਰਾਮਤੁੱਲਾ ਅਤੇ ਮੀਆਂ ਮੌਲਾ ਬਖ ਕੁਸ਼ਤਾ ਦੇ ਮੁਤਾਬਕ ਉਹਨਾਂ ਨੂੰ ਰਮਲ ਅਤੇ ਜੋਤਿਸ਼ ਜਨੀ ਨਜੂਮ ਦਾ ਵੀ ਪੜ੍ਹਾਈ ਦਾ ਬੜਾ ਸ਼ੌਕ ਸੀ ਉਸ ਲਈ ਉਹਨਾਂ ਅਮੀਰੁੱਲਾ ਬਟਾਲਵੀ ਦੀ ਸ਼ਾਗਿਰਦੀ ਵੀ ਕੀਤੀ ਸੀ ਯਾਨੀ ਇਹਨਾਂ ਜਿਹੜੇ ਵਿਦਵਾਨ ਨੇ ਉਹਨਾਂ ਦੇ ਦੱਸਣ ਦੇ ਮੁਤਾਬਕ ਡਾਕਟਰ ਲਾਜਵੰਤੀ ਰਾਮਾ ਕ੍ਰਿਸ਼ਨਾ ਦੇ ਆਖਣ ਮੁਤਾਬਕ ਹਾਸ਼ਮ ਨੇ ਚੰਗੀ ਚੋਖੀ ਪੜ੍ਹਾਈ ਕੀਤੀ ਹੋਈ ਸੀ ਅਬਦਲ ਗਫੂਰ ਕੁਰੈਸ਼ੀ ਨੇ ਲਿਖਿਆ ਪਈਓ ਕਸੂਰ ਦੇ ਮਦਰਸੇ ਵਿੱਚ ਪੜੇ ਹੋਏ ਸਾਂ ਸੈਦ ਮੁਹੰਮਦ ਹਾਸ਼ਮ ਖਾਹੁਰਮ ਬਾਰੇ ਇਲਾਲਾ ਦਨੀਰਾਮ ਯਾਤ੍ਰਕ ਲਿਖਦੇ ਨੇ ਕਿ ਜਦ ਹਾਸ਼ਮ ਨੂੰ ਹਿੰਦੀ ਪੜਨ ਦਾ ਸ਼ੌਕ ਹੋਇਆ ਤਾਂ ਉਹ ਬਨਾਰਸ ਚਲੇ ਗਏ ਅਤੇ ਉੱਥੇ ਸੰਸਕ੍ਰਿਤ ਦੇ ਉਸਤਾਦਾਂ ਕੋਲੋਂ ਹਿੰਦੀ ਅਤੇ ਸੰਸਕ੍ਰਿਤ ਸਿੱਖੀ ਗੱਈਆਂ ਗਵਾਈਆਂ ਤੇ ਸਬੂਤਾਂ ਤੇ ਬਿਆਨਾਂ ਤੋਂ ਅੱਡ ਹਾਸ਼ਮ ਸ਼ਾਹ ਜੀ ਹੋਰਾਂ ਦੀ ਸ਼ਾਇਰੀ ਅੰਦਰੋਂ ਵੀ ਉਹਨਾਂ ਦੇ ਢੇਰ ਇਲਮੀ ਬੰਦਾ ਹੋਣ ਦੀਆਂ ਗਵਾਈਆਂ ਮਿਲਦੀਆਂ ਨੇ ਹੋਰ ਤਾਂ ਹੋਰ ਉਹਨਾਂ ਦੇ ਕਿੱਸਾ ਸੱਸੀ ਪੁੰਨੂ ਦੇ ਪਹਿਲੇ ਬੰਦ ਦੀਆਂ ਹੇਟ ਲਿਖੀਆਂ ਤੁਕਾਂ ਨੂੰ ਪੜਨ ਲੱਗਿਆ ਉਹਨਾਂ ਦੀ ਇਲਮੀ ਪੱਧਰ ਦੀ ਉਚਾਈ ਦੀ ਸਮਝ ਆ ਜਾਂਦੀ ਹੈ ਅਤੇ ਉਹਨਾਂ ਦੀ ਸਿਆਣਫ ਔਰ ਉਹਨਾਂ ਦੀ ਦਨਾਈ ਜਿਹੜੀ ਹੈ ਨਿੱਤਰ ਕੇ ਸਾਹਮਣੇ ਆ ਜਾਂਦੀ ਹੈ ਤੇ ਨਾਲ ਨਾਲ ਅਰਬੀ ਫਾਰਸੀ ਦੀ ਚੋਖੀ ਜਾਣਕਾਰੀ ਦਾ ਪੱਕਾ ਠਿੱਠਾ ਵੀ ਸਬੂਤ ਮਿਲ ਜਾਂਦਾ ਜਿਵੇਂ ਹਕਮਤ ਉਸ ਖੁਦਾਮੰਦ ਵਾਲੀ ਮਾਲਕ ਮੁਲਕ ਮੁਲਕ ਦਾ ਤੇ ਲੱਖ ਕਰੋੜ ਕਰੇ ਚਿਤਰਾਇਆਂ ਕੋਈ ਪਛਾਨ ਨਾ ਸਕਦਾ ਤੇ ਕੁਦਰਤ ਨਾਲ ਰਹੇ ਸਰਗਰਦਾਂ ਦਾਇਮ ਚਰਖ ਫਲਕ ਦਾ ਤੋ ਇਹ ਸਾਰੀਆਂ ਗੱਲਾਂ ਦੱਸਦੀਆਂ ਨੇ ਕਿ ਉਹਨਾਂ ਨੂੰ ਫਾਰਸੀ ਵੀ ਆਉਂਦੀ ਸੀ ਔਰ ਉਸ ਵੇਲੇ ਦਾ ਸਾਰਾ ਜਿਹੜਾ ਇਲਮ ਸੀ ਉਹ ਬਹੁਤ ਜ਼ਿਆਦਾ ਕੁੱਟਕੁੱਟ ਕੇ ਸੈਦ ਹਾਸ਼ਮ ਸਾਹਿਬ ਦੇ ਅੰਦਰ ਭਰਿਆ ਹੋਇਆ ਸੀ ਹੁਣ ਅਸੀਂ ਉਹਨਾਂ ਦੇ ਥੋੜੇ ਜੇ ਦੋੜੇ ਤੁਹਾਡੇ ਨਾਲ ਸਾਂਝਾ ਕਰਨੇ ਆ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਉਹਨਾਂ ਦੀ ਇਲਮੀ ਪੱਧਰ ਜਿਹੜੀ ਸੀ ਜਾਂ ਸ਼ਾਇਰੀ ਦੀ ਪੱਧਰ ਕਿੰਨੀ ਉੱਚੀ ਸੀ ਇੱਕ ਤਾਬ ਮੈਂ ਹੀ ਸੌਧੀ ਸੀ ਉਹਨਾਂ ਦਾ ਕਲਾਮ ਕਲਾਮ ਸੈਦ ਹਾਸ਼ਮ ਮੁਹੰਮਦ ਹਾਸ਼ਮ ਸਾਹ ਪੰਜਾਬੀ ਦਾ ਇਹ ਸਾਰਾ ਕਲਾਮ ਹੈ ਔਰ ਇਹ ਹੱਥ ਲਿਖਤੀ ਮਸਬਦੇ ਉਹਨਾਂ ਦੀ ਫੈਮਿਲੀ ਤੋਂ ਮੈਨੂੰ ਮਿਲੇ ਔਰ ਉਹਨਾਂ ਨੂੰ ਮੈਂ ਕੋਈ ਵਾਵਾ ਚਿਰ ਲਾ ਕੇ ਕੋਈ 2-3 ਸਾਲ ਤੇ ਉਹਨਾਂ ਨੂੰ ਸੋਧਿਆ ਸੀ। ਤੋਂ ਦੌੜੇ ਨੇ ਹਾਸ਼ਮ ਸ਼ਾਹ ਸਾਹਿਬ ਫਰਮਾਉਂਦੇ ਨੇ ਕਿ ਕਰ ਕਰ ਸਮਝ ਰਿਆ ਵਿੱਚ ਹੈਰਤ ਮੈਨੂੰ ਦਿਲ ਦਾ ਭੇਤ ਨਾ ਆਵੇ ਕਦੇ ਤਾਂ ਤਖਤ ਬਹੇ ਬਣ ਹਾਕਮ ਅਤੇ ਕਦੇ ਕੰਗਾਲ ਕਹਾਵੇ ਤੇ ਸਖਤ ਬੇਜ਼ਾਰ ਹੋਵੇ ਖੁਦ ਜਿਸਮੋਂ ਸਭ ਕੁਝ ਖਾਕ ਮਿਲਾਵੇ ਤੇ ਦੀਗਰ ਕੌਣ ਕਹੇ ਮੈਂ ਹਾਸ਼ਮ ਜਿਹੜਾ ਰੋਜ਼ ਦੁਕਾਨ ਚਲਾਵੇ ਅੱਗੇ ਲਿਖਦੇ ਨੇ ਕਿ ਇਹ ਆਖੀ ਬਣ ਫੌਜ ਹੁਸਨ ਦੀ ਸੁੱਤੀ ਕਲਾ ਜਗਾਵਣ ਅਕਲਮੰਦਾ ਨੂੰ ਕਰ ਮਨਸੂਬੇ ਵਸਬੇ ਦਰਦਾਂ ਪਾਵਣ ਹਾਕਮ ਹੁਕਮ ਕਰਨ ਬਿਨ ਲਸ਼ਕਰ ਬੇ ਤਕਸੀਰ ਕੋਹਾਵਣ ਤੇ ਹਾਸ਼ਮ ਮਨ ਨਾ ਆਣੀ ਅੱਖੀ ਮਤ ਸੂਲੀ ਪਕੜ ਚੜਾਵਣ ਸੋਜ਼ ਫਰਾਕ ਨਸੀਬ ਅਸਾਡੇ ਅਸੀਂ ਭਾ ਪਿਆ ਦੁਖ ਪਰਸਾਂ ਤੇ ਜੇ ਦਿਨ ਰੈਣ ਰਹਾ ਕੁਰਲੇਂਦੀ ਅਤੇ ਵਾਂਗ ਬਪੀਹੇ ਤਰਸਾਂ ਕਰ ਤਦਬੀਰ ਹੋਵੇ छुटਕਾਰਾ ਮਤ ਮੌਤ ਹਰਾਮ ਨ ਮਰਸਾਂ ਤੇ ਹਾਸ਼ਮ ਤਲਬ ਰਹੇ ਜਿੰਦ ਜਾਵੇ ਤਾਂ ਮੈਂ ਸ਼ੁਕਰ ਹਜ਼ਾਰਾਂ ਕਰਸਾਂ ਤੇ ਅੱਗੇ ਫਰਮਾਉਂਦੇ ਨੇ ਸੈਦ ਮੁਹੰਮਦ ਹਾਸ਼ਮ ਸ਼ਾਹ ਜੀ ਕਿ ਦਿਲ ਦਲਗੀਰ ਹੋਇਆ ਤਕਦੀਰੋਂ ਉਹਨੂੰ ਕੌਣ ਦੇਵੇ ਦਮ ਸੁਖ ਦਾ ਤੇ ਬੈਠੇ ਯਾਰ ਬਿਦਰਦ ਲਿਬਾਸੀ ਕਰ ਗਿਆਨ ਸੁਨਾਵਨ ਮੁਖ ਦਾ ਤੇ ਦਰਦੀ ਦਰਦ ਵੰਡਾਇਆ ਲੋੜਨ ਹੱਥੋਂ ਆਣ ਦਿਖਾਵਨ ਦੁਖ ਦਾ ਤੇ ਕਾਮਲ ਯਾਰ ਮਿਲੇ ਕੋਈ ਹਾਸ਼ਮ ਤਾਂ ਸਰਦ ਹੋਵੇ ਦਿਲ ਤਖਦਾ ਅਗੇ ਲਿਖਦੇ ਨੇ ਜੇ ਬੂਟੇ ਸੇਬ ਅਨਾਰ ਲਗਾਏ ਕਰ ਮੁਨਸਫ ਲੋਕ ਗਵਾਹੀ ਤੇ ਆਈ ਜਦੋਂ ਬਹਾਰ ਫੁੱਲਾਂ ਦੀ ਤਾਂ ਫੁੱਲ ਹੋਏ ਕਾਹੀ ਖਾਦੀ ਦਾਖ ਦਿੱਤੀ ਕੰਡਿਆਰੀ ਜਿੱਦੀ ਜ਼ਰਾ ਉਮੀਦ ਨਾ ਆਹੀ ਤੇ ਹਾਸ਼ਮ ਵੇਖ ਖਿਆਲ ਰੁਬਾਨੇ ਅਤੇ ਉਸ ਦੀ بے ਪਰਵਾਹੀ ਕਿ ਸੰਭਲ ਖੇਤ ਸੰਭਾਲ ਇਚਕਦਾ ਜਦ ਨਿਕਲੇ ਤੇਗ ਮਿਆਨੋ ਤੇ ਖਾਮਰ ਜ਼ਹਿਰ ਪਿਆਰੀ ਕਰਕੇ ਜੇ ਲਈਏ ਇਸ ਦਕਾਨੋ ਤੇ ਸਿਰ ਦੇਵਨ ਦਾ ਸਾਖ ਇਸ਼ਕ ਦਾ ਹੋਰ ਨਫਾ ਨਾ ਅਕਲ ਗਿਆਨੋ ਤੇ ਹਾਸ਼ਮ ਬਾਜ ਮੋਇਆ ਨਹੀਂ ਬਣਦੀ ਅਸਾਂ ਡਿਠਾ ਬੇਦ ਕੁਰਾਨੋ ਤੋਂ ਪਿਆਰਿਓ ਇਹ ਥੋੜਾ ਜਿਹਾ ਕਲਾਮ ਸੈਦ ਹਾਸ਼ਮ ਸ਼ਾਹ ਜੀ ਦਾ ਅਸਾਂ ਤੁਹਾਡੇ ਨਾਲ ਇਸ ਵਾਰ ਸੇ ਸਾਂਝਾ ਕੀਤਾ ਕਿ ਅਸੀਂ ਉਹਨਾਂ ਦੀ ਜੀਵਨੀ ਉਹਨਾਂ ਦਾ ਕੰਮਕਾਰ ਕਰਤਾ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਜਾਵਾਂਗੇ ਤੇ ਨਾਲ-ਨਾਲ ਥੋੜਾ ਥੋੜਾ ਕਲਾਮ ਵੀ ਤਾਂ ਕਿ ਸੁਣਨ ਹਰਾਂ ਨੂੰ ਉਹਨਾਂ ਦੇ ਕਲਾਮ ਦੀ ਉਚਾਈ ਦਾ ਉਹਨਾਂ ਦੇ ਮਿਆਰ ਦਾ ਪਤਾ ਲੱਗ ਸਕੇ ਇਹਦੇ ਨਾਲ ਹੀ ਬਾਬਾ ਬਾਜਵਾ ਚੈਨਲ ਤੋਂ ਇਹਸਾਨ ਬਾਜਵਾ ਨੂੰ ਇਜਾਜ਼ਤ ਦਿਓ ਜਿਉਂਦੇ ਰਹੋ ਖੁਸ਼ ਰਹੋ ਸਲਾਮਤ ਰਹੋ ਤੁਹਾਡੇ ਨਾਲ ਮਿਲਾਂਗੇ ਕਿਸੇ ਅਗਲੀ ਵੀਡੀਓ